ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਨਰਮਾ ਅਤੇ ਬਾਸਮਤੀ ਦੇ ਰੇਟਾਂ ਵਿੱਚ ਬਹੁਤ ਵਧੀਆ ਤੇਜ਼ੀ ਬਣੀ ਹੋਈ ਹੈ। ਗੱਲ ਕਰੀਏ ਬਾਸਮਤੀ 11-21 ਦੀ ਤਾਂ ਕਾਫੀ ਮੰਡੀਆਂ ਦੇ ਵਿੱਚ ਬਾਸਮਤੀ 11-21 ਦੇ ਰੇਟ 4,000 ਤੋਂ ਪਲੱਸ ਚੱਲ ਰਹੇ ਹੈ। ਇਸ ਦੇ ਨਾਲ ਨਾਲ ਬਾਸਮਤੀ 1509 ਅਤੇ ਮੁੱਛਲ ਦੇ ਰੇਟਾਂ ਵਿੱਚ ਵੀ ਬਹੁਤ ਵਧੀਆ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਹੁਣ ਮੰਡੀਆਂ ਦੇ ਵਿੱਚ ਬਾਸਮਤੀ ਦੀ ਮੁੱਛਲ ਦੀ ਆਮਦ ਕਾਫੀ ਘੱਟ ਚੁੱਕੀ ਹੈ, ਜਿਸ ਕਰਕੇ ਡਿਮਾਂਡ ਹੈ ਜਿਹੜੀ ਉਹ ਵੱਧ ਰਹੀ ਹੈ ਅਤੇ ਜਿਸ ਦਾ ਫਾਇਦਾ ਕਿਸਾਨਾਂ ਨੂੰ ਮਿਲ ਰਿਹਾ ਹੈ। ਬਾਸਮਤੀ ਦੇ ਰੇਟ ਆ ਜਿਹੜੇ ਉਹ ਲਗਾਤਾਰ ਵੱਧ ਰਹੇ ਹੈ। ਸੋ ਉਮੀਦ ਕਰ ਸਕਦੇ ਹਾਂ ਕਿ ਹੋਰ ਵੀ ਤੇਜ਼ੀ ਜਿਹੜੀ ਬਾਸਮਤੀ ਦੇ ਰੇਟਾਂ ਵਿੱਚ ਦੇਖਣ ਨੂੰ ਮਿਲੇਗੀ। ਇਸੇ ਤਰ੍ਹਾਂ ਗੱਲ ਕਰੀਏ ਨਰਮੇ ਦੀ ਤਾਂ ਨਰਮੇ ਦੇ ਰੇਟ ਵੀ ਲਗਾਤਾਰ ਤੇਜ਼ੀ ਫੜ ਰਹੇ ਆ। ਲਗਭਗ ਸਾਰੀਆਂ ਮੰਡੀਆਂ ਦੇ ਵਿੱਚ ਨਰਮਾ 10,000 ਤੋਂ ਉੱਪਰ ਤੱਕ ਵਿਕ ਚੁੱਕਿਆ ਹੈ ਅਤੇ ਅੱਜ ਵੀ ਨਰਮੇ ਦੇ ਰੇਟ 11,000 ਰੁਪਏ ਤੱਕ ਚੱਲਦੇ ਰਹੇ। ਇਸ ਤੋਂ ਇਲਾਵਾ ਨਰਮਾ ਹੁਣ ਤੱਕ ਦਾ ਸਭ ਤੋਂ ਹਾਈਐਸਟ ਰੇਟ 13,500 ਰੁਪਏ ਕੁਇੰਟਲ ਤੱਕ ਦਾ ਅੰਕੜਾ ਵੀ ਛੂਹ ਚੁੱਕਿਆ ਹੈ। ਫਿਲਹਾਲ ਨਰਮਾ ਅਤੇ ਬਾਸਮਤੀ ਦੇ ਰੇਟਾਂ ਵਿੱਚ ਕਿਤੇ ਵੀ ਮੰਦੀ ਦੇ ਆਸਾਰ ਨਜ਼ਰ ਨਹੀਂ ਆ ਰਹੇ। ਸੋ ਅਗਰ ਤੁਸੀਂ ਇਹਨਾਂ ਫਸਲਾਂ ਨੂੰ ਕੁਝ ਟਾਈਮ ਦੇ ਲਈ ਰੋਕਣਾ ਚਾਹੋ ਤਾਂ ਰਿਸਕ ਲੈ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਲਗਾਤਾਰ ਸਾਡੇ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਹਰ ਰੋਜ਼ ਮੰਡੀਆਂ ਦੇ ਉਤਰਾਅ ਚੜ੍ਹਾਅ ਦੇ ਬਾਰੇ ਜਾਣਕਾਰੀ ਮਿਲਦੀ ਰਹੇ। ਜਿਹੜੇ ਵੀ ਦੋਸਤਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਸਕੇ। ਤਰਨ ਤਾਰਨ ਮੰਡੀ ਅੱਜ ਬਾਸਮਤੀ ਦੇ ਲਈ ਸਭ ਤੋਂ ਤੇਜ਼ ਰਹੀ। ਇੱਥੇ ਅੱਜ ਬਾਸਮਤੀ 11-21 ਦੇ ਰੇਟ ਲਗਭਗ 4100 ਦੇ ਕਰੀਬ ਪਹੁੰਚ ਗਏ। ਬਾਸਮਤੀ 11-21 3850 ਰੁਪਏ ਤੋਂ ਲੈ ਕੇ 4099 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3821 ਰੁਪਏ ਤੋਂ ਲੈ ਕੇ 3979 ਰੁਪਏ ਕੁਇੰਟਲ ਰਿਹਾ। 1509 3520 ਰੁਪਏ ਕੁਇੰਟਲ ਵਿਕਿਆ ਅਤੇ ਬਾਸਮਤੀ 7 ਦਾ ਰੇਟ 3650 ਰੁਪਏ ਕੁਇੰਟਲ ਰਿਹਾ। ਹਨੂੰਮਾਨਗੜ੍ਹ ਮੰਡੀ ਦੇ ਵਿੱਚ ਨਰਮਾ 9600 ਰੁਪਏ ਤੋਂ ਲੈ ਕੇ 10,170 ਰੁਪਏ ਕੁਇੰਟਲ ਵਿਕਿਆ। ਸੰਗਰੀਆ ਮੰਡੀ ਦੇ ਵਿੱਚ ਨਰਮੇ ਦਾ ਰੇਟ 9925 ਰੁਪਏ ਤੋਂ ਲੈ ਕੇ 10,413 ਰੁਪਏ ਕੁਇੰਟਲ ਰਿਹਾ ਅਤੇ ਗਵਾਰਾ 5200 ਰੁਪਏ ਤੋਂ ਲੈ ਕੇ 5800 ਰੁਪਏ ਕੁਇੰਟਲ ਵਿਕਿਆ। ਫਤਿਹਾਬਾਦ ਮੰਡੀ ਦੇ ਵਿੱਚ ਨਰਮਾ 5000 ਰੁਪਏ ਤੋਂ ਲੈ ਕੇ 9700 ਰੁਪਏ ਕੁਇੰਟਲ ਵਿਕਿਆ ਅਤੇ ਕਪਾਹ ਦਾ ਰੇਟ 7500 ਰੁਪਏ ਤੋਂ ਲੈ ਕੇ 7900 ਰੁਪਏ ਕੁਇੰਟਲ ਰਿਹਾ। ਬਾਸਮਤੀ 11-21 3400 ਰੁਪਏ ਤੋਂ ਲੈ ਕੇ 4955 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3200 ਰੁਪਏ ਤੋਂ ਲੈ ਕੇ 3855 ਰੁਪਏ ਕੁਇੰਟਲ ਰਿਹਾ। ਬਰਵਾਲਾ ਮੰਡੀ ਦੇ ਵਿੱਚ ਨਰਮਾ 8800 ਰੁਪਏ ਤੋਂ ਲੈ ਕੇ 9800 ਰੁਪਏ ਕੁਇੰਟਲ ਵਿਕਿਆ ਅਤੇ ਕਪਾਹ ਦਾ ਰੇਟ 7500 ਰੁਪਏ ਤੋਂ ਲੈ ਕੇ 7872 ਰੁਪਏ ਕੁਇੰਟਲ ਰਿਹਾ। ਆਦਮਪੁਰ ਮੰਡੀ ਦੇ ਵਿੱਚ ਨਰਮਾ 8700 ਰੁਪਏ ਤੋਂ ਲੈ ਕੇ 10050 ਰੁਪਏ ਕੁਇੰਟਲ ਵਿਕਿਆ ਅਤੇ ਕਪਾਹ ਦਾ ਰੇਟ 7600 ਰੁਪਏ ਤੋਂ ਲੈ ਕੇ 7825 ਰੁਪਏ ਕੁਇੰਟਲ ਵਿਕਿਆ। ਗਵਾਰੇ ਦਾ ਰੇਟ 5200 ਰੁਪਏ ਤੋਂ ਲੈ ਕੇ 6913 ਰੁਪਏ ਕੁਇੰਟਲ ਰਿਹਾ। ਅਨੂਪਗੜ੍ਹ ਮੰਡੀ ਦੇ ਵਿੱਚ ਨਰਮਾ 9500 ਰੁਪਏ ਤੋਂ ਲੈ ਕੇ 10600 ਰੁਪਏ ਕੁਇੰਟਲ ਵਿਕਿਆ ਅਤੇ ਰਾਪਸਰ ਮੰਡੀ ਦੇ ਵਿੱਚ ਨਰਮਾ 9200 ਰੁਪਏ ਤੋਂ ਲੈ ਕੇ 10700 ਰੁਪਏ ਕੁਇੰਟਲ ਵਿਕਿਆ। ਕੋਟਕਪੂਰਾ ਮੰਡੀ ਦੇ ਵਿੱਚ ਬਾਸਮਤੀ 11-21 3700 ਰੁਪਏ ਤੋਂ ਲੈ ਕੇ 3970 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3600 ਰੁਪਏ ਤੋਂ ਲੈ ਕੇ 3900 ਰੁਪਏ ਕੁਇੰਟਲ ਰਿਹਾ। ਮੁੱਛਲ 1401 3400 ਰੁਪਏ ਤੋਂ ਲੈ ਕੇ 3685 ਰੁਪਏ ਕੁਇੰਟਲ ਵਿਕਿਆ। ਐਲਨਾਬਾਦ ਮੰਡੀ ਦੇ ਵਿੱਚ ਨਰਮਾ 9600 ਰੁਪਏ ਤੋਂ ਲੈ ਕੇ 10153 ਰੁਪਏ ਕੁਇੰਟਲ ਵਿਕਿਆ ਅਤੇ ਕਪਾਹ ਦਾ ਰੇਟ 7500 ਰੁਪਏ ਤੋਂ ਲੈ ਕੇ 8050 ਰੁਪਏ ਕੁਇੰਟਲ ਰਿਹਾ। ਫਾਜ਼ਿਲਕਾ ਮੰਡੀ ਦੇ ਵਿੱਚ ਬਾਸਮਤੀ 11-21 3600 ਰੁਪਏ ਤੋਂ ਲੈ ਕੇ 4917 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3450 ਰੁਪਏ ਤੋਂ ਲੈ ਕੇ 3793 ਰੁਪਏ ਕੁਇੰਟਲ ਰਿਹਾ। ਨਰਮਾ 10400 ਰੁਪਏ ਕੁਇੰਟਲ ਵਿਕਿਆ। ਗੰਗਾਨਗਰ ਮੰਡੀ ਦੇ ਵਿੱਚ ਨਰਮਾ 9650 ਰੁਪਏ ਤੋਂ ਲੈ ਕੇ 10751 ਰੁਪਏ ਕੁਇੰਟਲ ਵਿਕਿਆ ਅਤੇ ਸਰ੍ਹੋਂ ਦਾ ਰੇਟ 6900 ਰੁਪਏ ਤੋਂ ਲੈ ਕੇ 7250 ਰੁਪਏ ਕੁਇੰਟਲ ਰਿਹਾ। ਟੋਹਾਣਾ ਮੰਡੀ ਦੇ ਵਿੱਚ ਬਾਸਮਤੀ 11-21 3700 ਰੁਪਏ ਤੋਂ ਲੈ ਕੇ 4010 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3500 ਰੁਪਏ ਤੋਂ ਲੈ ਕੇ 4930 ਰੁਪਏ ਕੁਇੰਟਲ ਰਿਹਾ। ਮੁੱਛਲ 1401 3250 ਰੁਪਏ ਤੋਂ ਲੈ ਕੇ 3751 ਰੁਪਏ ਕੁਇੰਟਲ ਵਿਕਿਆ ਅਤੇ ਸ਼ਬਨਮ ਦਾ ਰੇਟ 3070 ਰੁਪਏ ਕੁਇੰਟਲ ਰਿਹਾ। ਬੋਹਰ ਮੰਡੀ ਦੇ ਵਿੱਚ ਨਰਮਾ 9400 ਰੁਪਏ ਤੋਂ ਲੈ ਕੇ 10230 ਰੁਪਏ ਕੁਇੰਟਲ ਵਿਕਿਆ। ਪਦਮਪੁਰ ਮੰਡੀ ਨਰਮੇ ਦੇ ਲਈ ਅੱਜ ਵੀ ਸਭ ਤੋਂ ਤੇਜ਼ ਰਹੀ। ਇੱਥੇ ਅੱਜ ਨਰਮਾ 11000 ਰੁਪਏ ਕੁਇੰਟਲ ਵਿਕਿਆ। ਸਿਰਸਾ ਮੰਡੀ ਦੇ ਵਿੱਚ ਨਰਮਾ 7500 ਰੁਪਏ ਤੋਂ ਲੈ ਕੇ 10241 ਰੁਪਏ ਕੁਇੰਟਲ ਵਿਕਿਆ ਅਤੇ ਮੁੱਛਲ 1401 ਦਾ ਰੇਟ 3200 ਰੁਪਏ ਤੋਂ ਲੈ ਕੇ 3779 ਰੁਪਏ ਕੁਇੰਟਲ ਰਿਹਾ। PB1 3000 ਰੁਪਏ ਤੋਂ ਲੈ ਕੇ 3400 ਰੁਪਏ ਕੁਇੰਟਲ ਵਿਕਿਆ। ਰਾਜਸਥਾਨ ਦੀ ਗੋਲੂਵਾਲਾ ਮੰਡੀ ਦੇ ਵਿੱਚ ਨਰਮਾ 9800 ਰੁਪਏ ਤੋਂ ਲੈ ਕੇ 10851 ਰੁਪਏ ਕੁਇੰਟਲ ਵਿਕਿਆ ਅਤੇ ਸ਼ਿਵਾਨੀ ਮੰਡੀ ਦੇ ਵਿੱਚ ਨਰਮੇ ਦਾ ਰੇਟ 9100 ਰੁਪਏ ਕੁਇੰਟਲ ਰਿਹਾ। ਨਰਵਾਣਾ ਮੰਡੀ ਦੇ ਵਿੱਚ ਨਰਮਾ 10350 ਰੁਪਏ ਕੁਇੰਟਲ ਵਿਕਿਆ ਅਤੇ ਬਾਸਮਤੀ 11-21 ਦਾ ਰੇਟ 4950 ਰੁਪਏ ਕੁਇੰਟਲ ਰਿਹਾ। 11-25 4900 ਰੁਪਏ ਕੁਇੰਟਲ ਵਿਕਿਆ ਅਤੇ 30 ਨੰਬਰ ਬਾਸਮਤੀ ਦਾ ਰੇਟ 3390 ਰੁਪਏ ਕੁਇੰਟਲ ਰਿਹਾ।
ਮਲੋਟ ਮੰਡੀ ਦੇ ਵਿੱਚ ਨਰਮਾ 10,230 ਰੁਪਏ ਕੁਇੰਟਲ ਵਿਕਿਆ। ਮੁਕਤਸਰ ਮੰਡੀ ਦੇ ਵਿੱਚ ਬਾਸਮਤੀ 11-21 ਦਾ ਰੇਟ 3,750 ਰੁਪਏ ਤੋਂ ਲੈ ਕੇ 4,000 ਰੁਪਏ ਕੁਇੰਟਲ ਰਿਹਾ ਅਤੇ 17-18 3,500 ਰੁਪਏ ਤੋਂ ਲੈ ਕੇ 3,925 ਰੁਪਏ ਕੁਇੰਟਲ ਵਿਕਿਆ। ਡੱਬ ਵਾਲੀ ਮੰਡੀ ਦੇ ਵਿੱਚ ਨਰਮਾ 9,700 ਰੁਪਏ ਤੋਂ ਲੈ ਕੇ 10,117 ਰੁਪਏ ਕੁਇੰਟਲ ਵਿਕਿਆ ਅਤੇ ਭੱਟੂ ਮੰਡੀ ਦੇ ਵਿੱਚ ਨਰਮੇ ਦਾ ਰੇਟ 9,950 ਰੁਪਏ ਕੁਇੰਟਲ ਰਿਹਾ। ਪੰਜਾਬ ਦੀ ਗਿੱਦੜਬਾਹਾ ਮੰਡੀ ਦੇ ਵਿੱਚ ਨਰਮਾ 9,800 ਰੁਪਏ ਤੋਂ ਲੈ ਕੇ 10,350 ਰੁਪਏ ਕੁਇੰਟਲ ਵਿਕਿਆ ਅਤੇ ਕੇਸਰੀ ਸਿੰਘ ਮੰਡੀ ਦੇ ਵਿੱਚ ਨਰਮੇ ਦਾ ਰੇਟ 10,652 ਰੁਪਏ ਕੁਇੰਟਲ ਰਿਹਾ। ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਬਾਸਮਤੀ 11-21 3,850 ਰੁਪਏ ਤੋਂ ਲੈ ਕੇ 4,078 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,600 ਰੁਪਏ ਤੋਂ ਲੈ ਕੇ 3,966 ਰੁਪਏ ਕੁਇੰਟਲ ਰਿਹਾ। ਸੂਰਤਗੜ੍ਹ ਮੰਡੀ ਦੇ ਵਿੱਚ ਨਰਮਾ 9,600 ਰੁਪਏ ਤੋਂ ਲੈ ਕੇ 10,666 ਰੁਪਏ ਕੁਇੰਟਲ ਵਿਕਿਆ ਅਤੇ ਕਾਲਿਆਂ ਵਾਲੀ ਮੰਡੀ ਦੇ ਵਿੱਚ ਨਰਮੇ ਦਾ ਰੇਟ 10,132 ਰੁਪਏ ਕੁਇੰਟਲ ਰਿਹਾ। ਜੀਂਦ ਮੰਡੀ ਦੇ ਵਿੱਚ ਬਾਸਮਤੀ 11-21 3,980 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,990 ਰੁਪਏ ਕੁਇੰਟਲ ਰਿਹਾ। ਰਾਜਸਥਾਨ ਦੀ ਪੀਲੀ ਭੰਗਾ ਮੰਡੀ ਦੇ ਵਿੱਚ ਨਰਮਾ 10,622 ਰੁਪਏ ਕੁਇੰਟਲ ਵਿਕਿਆ। ਗੋਹਾਣਾ ਮੰਡੀ ਦੇ ਵਿੱਚ ਬਾਸਮਤੀ 11-21 3,981 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,881 ਰੁਪਏ ਕੁਇੰਟਲ ਰਿਹਾ। ਬਾਸਮਤੀ 30 ਨੰਬਰ ਦਾ ਰੇਟ 3,481 ਰੁਪਏ ਕੁਇੰਟਲ ਰਿਹਾ। ਦਿੱਲੀ ਦੀ ਨਰੇਲਾ ਮੰਡੀ ਦੇ ਵਿੱਚ ਬਾਸਮਤੀ 11-21 3,980 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,922 ਰੁਪਏ ਕੁਇੰਟਲ ਰਿਹਾ। 1509-3,636 ਰੁਪਏ ਕੁਇੰਟਲ ਵਿਕਿਆ। ਸੋਨੀਪਤ ਮੰਡੀ ਦੇ ਵਿੱਚ ਬਾਸਮਤੀ 11-21 3,981 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,921 ਰੁਪਏ ਕੁਇੰਟਲ ਰਿਹਾ। 30 ਨੰਬਰ ਬਾਸਮਤੀ 3,460 ਰੁਪਏ ਕੁਇੰਟਲ ਵਿਕਿਆ। ਕੈਥਰ ਮੰਡੀ ਦੇ ਵਿੱਚ ਬਾਸਮਤੀ 11-21 3,880 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,865 ਰੁਪਏ ਕੁਇੰਟਲ ਰਿਹਾ। ਬੂੰਦੀ ਮੰਡੀ ਦੇ ਵਿੱਚ ਬਾਸਮਤੀ 11-21 3,650 ਰੁਪਏ ਤੋਂ ਲੈ ਕੇ 3,790 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,500 ਰੁਪਏ ਤੋਂ ਲੈ ਕੇ 3,800 ਰੁਪਏ ਕੁਇੰਟਲ ਰਿਹਾ। 1509-3,300 ਰੁਪਏ ਤੋਂ ਲੈ ਕੇ 3,560 ਰੁਪਏ ਕੁਇੰਟਲ ਵਿਕਿਆ ਅਤੇ ਡੀ ਪੀ ਦਾ ਰੇਟ 3,070 ਰੁਪਏ ਕੁਇੰਟਲ ਰਿਹਾ। ਸੁਗੰਧਾ 3,170 ਰੁਪਏ ਕੁਇੰਟਲ ਵਿਕਿਆ। ਡਬਰਾ ਮੰਡੀ ਦੇ ਵਿੱਚ ਬਾਸਮਤੀ 11-21 3,600 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,670 ਰੁਪਏ ਕੁਇੰਟਲ ਰਿਹਾ। 1509-3,350 ਰੁਪਏ ਕੁਇੰਟਲ ਵਿਕਿਆ। ਪੀਲੂ ਖੇੜਾ ਮੰਡੀ ਦੇ ਵਿੱਚ ਬਾਸਮਤੀ 11-21 3,972 ਰੁਪਏ ਕੁਇੰਟਲ ਵਿਕਿਆ ਅਤੇ 17-18 ਦਾ ਰੇਟ 3,891 ਰੁਪਏ ਕੁਇੰਟਲ ਰਿਹਾ। 30 ਨੰਬਰ ਬਾਸਮਤੀ 3,465 ਰੁਪਏ ਕੁਇੰਟਲ ਵਿਕਿਆ। ਬਾਸਮਤੀ 408 ਦਾ ਰੇਟ 3,330 ਰੁਪਏ ਕੁਇੰਟਲ ਰਿਹਾ। ਸੋ ਕਿਸਾਨ ਵੀਰੋ, ਇਹ ਸੀ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ ਕਪਾਹ ਅਤੇ ਬਾਸਮਤੀ ਦੇ ਅੱਜ ਦੇ ਰੇਟ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਕੱਲ੍ਹ ਨੂੰ ਫਿਰ ਹਾਜ਼ਰ ਹੋਵਾਂਗੇ ਮੰਡੀਆਂ ਦੇ ਨਵੇਂ ਰੇਟ ਲੈ ਕੇ। ਧੰਨਵਾਦ।